सत श्री अकाल जी, तुसीं देख रहे हो एबीपी सांझा ते मैं तुहाडे नाल अमनदीप सिंह, समाजिक सुरक्षा महिला अते बाल विकास मंत्री डॉक्टर बलजीत कौर, जिन्हां नूं हुणे हुणे इह अहुदा मिलिया है। कैबिनेट रैंक पहला मिल चुकिया सी ते हुण इस अहुदे दे नाल नवाजिया गया है। साडे नाल मौजूद ने डॉक्टर बलजीत कौर जी। पहला तां मैडम बहुत बहुत कंग्रेचुलेशन तुहानूं। थैंक यू जी, थैंक यू। अच्छा, जो सोचिया जो चाहुंदे सी उही मिलिया? बिल्कुल जी, मैं कदे सोचा तो है नहीं कि मैनू की मिलूगा, पर मैनू लगता कि जो मैनू मिलिया ओदे नाल मैनू बहुत ज्यादा खुशी भी है ते सैटिस्फैक्शन भी है। महिलावां नू लेके की योजना रहने वाली है? हालांकि जदों कैबिनेट दा जिक्र करदे आ तां तुसीं इकलौती महिला है जिहड़े 10 मंत्री शामिल कीते गए। मैं पहला तो यह कहांगी कि मैं इकलौती महिला नहीं, मेरे पिछे सारे पंजाब दीआं महिलावां खड़ियां ने। ਉਹ ਸਾਰੀਆਂ ਮਹਿਲਾਵਾਂ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਮੇਰੇ ਦਿਲ ਦਿਮਾਗ 'ਚ ਪਹਿਲਾਂ ਤੋਂ ਹੀ ਨੇ। ਸੋ ਸਭ ਤੋਂ ਪਹਿਲਾਂ ਤਾਂ ਜਿਹੜੀ ਮੈਂ ਗੱਲ ਕਰਾਂਗੀ ਕਿ ਬੇਟੀਆਂ ਦੀ ਗੱਲ ਕਰਾਂਗੀ, ਜਿਹੜੀਆਂ ਬੇਟੀਆਂ ਪੜ੍ਹਾਈ ਤੋਂ ਵਾਂਝੀਆਂ ਰਹੀਆਂ, ਜਿਹੜੀਆਂ ਬੇਟੀਆਂ ਸਹੂਲਤਾਂ ਤੋਂ ਵਾਂਝੀਆਂ ਰਹੀਆਂ, ਜਿਹੜੀਆਂ ਬੇਟੀਆਂ ਹੁਣ ਤੱਕ ਇਹੀ ਮਹਿਸੂਸ ਕਰਦੀਆਂ ਨੇ ਕਿ ਘਰਾਂ ਤੋਂ ਬਾਹਰ ਜਾ ਕੇ ਕੰਮ ਕਰਾਂਗੇ ਤਾਂ ਉਹਨਾਂ ਨੂੰ ਸੋਸ਼ਲ ਸਿਕਿਉਰਿਟੀ ਨਹੀਂ ਹੈ, ਰਾਤ ਨੂੰ ਇਕੱਲੇ ਜਾਣ ਤੋਂ ਡਰ ਲੱਗਦਾ। ਸੋ ਇਹ ਸਾਰੀਆਂ ਚੀਜ਼ਾਂ ਮੈਨੂੰ ਲੱਗਦੀਆਂ ਸੀ ਵੀ ਇਹ ਕਿਉਂ ਨੇ, ਇਹਨਾਂ ਨੂੰ ਦੂਰ ਹੋਣਾ ਚਾਹੀਦਾ। ਤਾਂ ਮੈਨੂੰ ਲੱਗਦਾ ਕਿ ਮੈਨੂੰ ਬਹੁਤ ਵਧੀਆ ਪਲੇਟਫਾਰਮ ਮਿਲ ਗਿਆ ਕਿ ਮੈਂ ਇਸ ਜ਼ਰੀਏ ਕੁਛ ਨਾ ਕੁਛ ਇਹਨਾਂ ਬੇਟੀਆਂ ਲਈ ਕਰਾਂਗੀ ਤੇ ਮੁਕੰਮਲ ਤੌਰ ਤੇ ਕਰਾਂਗੀ ਤਾਂ ਕਿ ਉਹਨਾਂ ਨੂੰ ਐਂ ਨਾ ਲੱਗੇ ਵੀ ਹੁਣ ਅਸੀਂ ਪੰਜਾਬ ਦੇ ਵਿੱਚ ਇਨਸਿਕਿਉਰ ਆ ਜਾਂ ਸਾਨੂੰ ਕੋਈ ਪੜ੍ਹਾਈ ਦੇ ਮੌਕੇ ਨਹੀਂ ਮਿਲ ਰਹੇ। ਖਾਸ ਤੌਰ ਦੇ ਉੱਤੇ ਜਦੋਂ ਅਸੀਂ ਆਮ ਆਦਮੀ ਪਾਰਟੀ ਦਾ ਜ਼ਿਕਰ ਕਰਦੇ ਹਾਂ, ਦਿੱਲੀ ਮਾਡਲ ਸਾਹਮਣੇ ਆਉਂਦਾ ਹੈ ਤੇ ਹੁਣ ਅਰਵਿੰਦ ਕੇਜਰੀਵਾਲ ਦੇ ਵੱਲੋਂ ਦਿੱਤੀ ਹੋਈ ਮਹਿਲਾਵਾਂ ਨੂੰ ਗਰੰਟੀ 18 ਸਾਲ ਤੋਂ ਵੱਧ ਉਮਰ ਦੀਆਂ ਜਿਹੜੀਆਂ ਮਹਿਲਾਵਾਂ ਨੂੰ 1,000 ਰੁਪਿਆ ਦੇਣਾ ਹੈ ਤੇ ਇਹ ਪ੍ਰੋਸੈਸ ਕਦੋਂ ਸ਼ੁਰੂ ਹੋਏਗਾ? ਬਹੁਤ ਜਲਦੀ ਇਹ ਪ੍ਰੋਸੈਸ ਸ਼ੁਰੂ ਹੋ ਜਾਏਗੀ ਜੀ, ਮੈਨੂੰ ਲੱਗਦਾ ਕਿ ਕੁਛ ਦਿਨਾਂ ਦੇ ਵਿੱਚ ਹੀ ਸ਼ੁਰੂ ਹੋਣ ਵਾਲਾ ਤੇ ਹਰ ਮਹਿਲਾ ਤੱਕ ਇਹ ਗਰੰਟੀ ਪਹੁੰਚੇਗੀ। ਅੱਛਾ, ਇਸ ਤੋਂ ਇਲਾਵਾ ਤੁਹਾਡੇ ਪਿਤਾ ਜੀ ਉਹ ਵੀ MP ਰਹੇ ਨੇ, ਸਾਧੂ ਸਿੰਘ ਜੀ ਡਾਕਟਰ, ਤੇ ਇਸ ਨੂੰ ਲੈ ਕੇ ਮਤਲਬ ਤੁਹਾਨੂੰ ਕਿੰਨੀ ਕੁ ਹੈਲਪ ਹੋਈ ਉਹਨਾਂ ਦੀ, ਜਿਵੇਂ ਤੁਹਾਡੀ ਤੁਹਾਨੂੰ ਇਸ ਸਿਲੈਕਸ਼ਨ ਦੇ ਵਿੱਚ ਗਾਈਡ ਕੀਤਾ ਉਹਨਾਂ ਨੇ? ਹਾਂਜੀ, ਜਿਵੇਂ ਪੇਰੈਂਟਸ ਹਰ ਟਾਈਮ ਬੱਚਿਆਂ ਨੂੰ ਗਾਈਡ ਕਰਦੇ ਹੀ ਹੁੰਦੇ ਨੇ ਤੇ ਮੈਂ ਵੀ ਆਪਣੇ ਫਾਦਰ ਤੋਂ ਗਾਈਡੈਂਸ ਲੈਂਦੀ ਰਹਿੰਦੀ ਸੀ। ਤਾਂ ਸਭ ਤੋਂ ਪਹਿਲੀ ਗੱਲ ਜਿਹੜੀ ਉਹ ਮੈਨੂੰ ਕਹਿੰਦੇ ਸੀ ਕਿ ਪੋਲੀਟਿਕਸ ਨੂੰ ਆਪਾਂ ਸਾਫ ਸੁਥਰੇ ਢੰਗ ਨਾਲ ਚਲਾਉਣਾ ਤਾਂ ਪਹਿਲਾਂ ਇਮਾਨਦਾਰ ਹੋਣਾ ਜ਼ਰੂਰੀ ਹੈ। ਸੋ ਅਸੀਂ ਇਮਾਨਦਾਰੀ ਦੇ ਸਿਰ ਤੇ ਹੀ ਇੱਥੋਂ ਤੱਕ ਪਹੁੰਚੇ ਹਾਂ। ਪੇਸ਼ੈਂਸ ਤੇ ਇਮਾਨਦਾਰੀ ਤੇ ਲੋਕਾਂ ਪ੍ਰਤੀ ਜਿਹੜੀ ਸਮਰਪਿਤ ਦੀ ਭਾਵਨਾ ਸੀ, ਮੈਨੂੰ ਲੱਗਦਾ ਉਹ ਮੈਨੂੰ ਇੱਥੋਂ ਤੱਕ ਲੈ ਕੇ ਆ ਗਈ। ਅੱਛਾ, ਹੁਣ ਭਗਵੰਤ ਮਾਨ ਮੁੱਖ ਮੰਤਰੀ ਨੇ 10 ਜਿਹੜੀ ਕੈਬਨਿਟ 10 ਮੰਤਰੀ ਸ਼ਾਮਿਲ ਕਰ ਦਿੱਤੇ ਨੇ, ਤੁਹਾਨੂੰ ਮਹਿਲਾਵਾਂ ਨਾਲ ਜੁੜਿਆ ਵਿਭਾਗ ਮਿਲਿਆ ਹੈ। ਖਾਸ ਤੌਰ ਦੇ ਉੱਤੇ ਜਦੋਂ ਅਸੀਂ ਪੰਜਾਬ ਦੇ ਵਿੱਚ ਅਸੀਂ ਮਹਿਲਾਵਾਂ ਦੇ ਨਾਲ ਗੱਲਬਾਤ ਕਰਦੇ ਹਾਂ, ਉਹ ਕਹਿ ਰਹੀ ਵੀ ਅਸੀਂ ਇੰਨੀਆਂ ਸੁਰੱਖਿਅਤ ਮਹਿਸੂਸ ਨਹੀਂ ਕਰਦੀਆਂ ਪੰਜਾਬ ਦੇ ਵਿੱਚ, ਜਿਸ ਤਰੀਕੇ ਦੇ ਨਾਲ ਸਰਕਾਰ ਸੀਗੀ, ਜਿਸ ਤਰੀਕੇ ਦਾ ਮਾਹੌਲ ਸੀ, ਤੇ ਹੁਣ ਇਸ ਨੂੰ ਬਦਲਣ ਦੇ ਲਈ ਕੀ ਤੁਹਾਡੇ ਕੋਲ ਯੋਜਨਾਵਾਂ ਨੇ ਜਾਂ ਪਹਿਲਾਂ ਤੋਂ ਤੁਸੀਂ ਕੀ ਚਾਹੁੰਦੇ ਸੀਗੇ ਐਜ਼ ਏ ਮਹਿਲਾ ਵੀ ਹਾਂ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਸੀਗੀਆਂ? ਜਿਹੜੀ ਆਪਾਂ ਸੁਰੱਖਿਅਤਾ ਦੀ ਜਦੋਂ ਗੱਲ ਕਰਦੇ ਆ ਨਾ, ਤਾਂ ਮੈਨੂੰ ਲੱਗਦਾ ਕਿ ਜੇ ਸਾਡਾ ਸਮਾਜ ਜਿਹੜਾ ਪੜ੍ਹਿਆ ਲਿਖਿਆ ਹੋਵੇਗਾ, ਜੇ ਮਰਦ ਵਰਗ ਪੜ੍ਹਿਆ ਲਿਖਿਆ ਹੋਵੇਗਾ, ਤਾਂ ਔਰਤਾਂ ਉਹਨਾਂ ਤੋਂ ਅਸੁਰੱਖਿਅਤ ਮਹਿਸੂਸ ਨਹੀਂ ਕਰਨਗੀਆਂ। ਸੋ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਹੋਣ ਆ ਰਹੀ ਹੈ ਨਾ ਪੰਜਾਬ ਦੇ ਵਿੱਚ, ਮੈਨੂੰ ਲੱਗਦਾ ਕਿ ਜਿਹੜੀ ਨਸ਼ੇ ਦੀ ਐਡੀ ਵੱਡੀ ਭਰਮਾਰ ਹੈ ਉਹਦੇ ਕਰਕੇ ਵੀ ਔਰਤਾਂ ਬਹੁਤ ਜ਼ਿਆਦਾ ਅਸੁਰੱਖਿਅਤ ਮਹਿਸੂਸ ਕਰਦੀਆਂ। ਉਹਨਾਂ ਨੂੰ ਲੱਗਦਾ ਕਿ ਅਸੀਂ ਨੇਰੇ ਬਾਹਰ ਜਾਣ ਤੋਂ ਡਰ ਲੱਗਦਾ ਜਾਂ ਇਕੱਲੇ ਕਿਤੇ ਕੰਮ ਕਰਨ ਤੋਂ ਡਰ ਲੱਗਦਾ ਕਿ ਜਿੱਥੇ ਮਰਦ ਪ੍ਰਧਾਨ ਡੋਮੀਨੈਂਸੀ ਹੋਵੇ ਮਰਦਾਂ ਦੀ। ਸੋ ਉਹ ਅਸੁਰੱਖਿਅਤਾ ਜਿਹਦੀ ਗੱਲ ਕਰਾਂਗੇ ਉਹਨੂੰ ਆਪਾਂ ਤਾਂ ਹੀ ਦੂਰ ਕਰ ਸਕਦੇ ਹਾਂ, ਸਭ ਤੋਂ ਪਹਿਲਾਂ ਤਾਂ ਕਿ ਉਹਨਾਂ ਦੀ ਐਜੂਕੇਸ਼ਨ ਆ ਜਿਹੜੀ ਬੱਚੀਆਂ ਦੀ ਇੰਨੀ ਜ਼ਿਆਦਾ ਹੋਵੇ ਕਿ ਉਹ ਆਪਣੇ ਆਪ ਨੂੰ ਇਕੱਲਾ ਹੀ ਨਾ ਮਹਿਸੂਸ ਕਰਨ, ਆਪਣੇ ਆਪ ਨੂੰ ਹਰ ਸਟੇਜ ਤੇ ਉਹ ਰਿਪ੍ਰੈਜ਼ੈਂਟ ਕਰ ਸਕਣ। ਤੇ ਦੂਜੀ ਗੱਲ ਇਹ ਹੈ ਕਿ ਸਮਾਜ ਦੇ ਵਿੱਚ ਵੀ ਇਸ ਤਰ੍ਹਾਂ ਦਾ ਸਟੇਟਸ ਆਪਾਂ ਕ੍ਰੀਏਟ ਕਰੀਏ ਕਿ ਬੱਚੀਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹ ਇਸ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਜਿਵੇਂ ਐਜੂਕੇਸ਼ਨ ਦੀ ਤੁਸੀਂ ਗੱਲ ਕੀਤੀ, ਤੁਹਾਡੀਆਂ ਗਰੰਟੀਆਂ ਦੇ ਵਿੱਚ ਜਦੋਂ ਅਸੀਂ ਗਰੰਟੀਆਂ ਫੋਲਦੇ ਹਾਂ ਕੇਜਰੀਵਾਲ ਜੀ ਦੀਆਂ, ਤਾਂ ਉਹਦੇ ਵਿੱਚ ਸਿਹਤ ਐਜੂਕੇਸ਼ਨ ਇਹਨਾਂ ਨੂੰ ਜ਼ਿਆਦਾ ਪ੍ਰੈਫਰੈਂਸ ਦਿੱਤੀ ਗਈ ਹੈ। ਐਜੂਕੇਸ਼ਨ ਦੇ ਲਈ ਕੀ ਕੁਝ ਹੋਏਗਾ ਖਾਸ ਤੌਰ ਦੇ ਉੱਤੇ ਫੋਕਸ ਜਦੋਂ ਅਸੀਂ ਕਰਾਂਗੇ ਬੱਚੀਆਂ ਨੂੰ? ਇਹ ਗੱਲ ਅੱਜ ਵੀ ਵਿਧਾਨ ਸਭਾ ਦੇ ਵਿੱਚ ਕਹੀ ਗਈ ਸੀ ਕਿ ਐਜੂਕੇਸ਼ਨ ਦੇ ਲਈ ਸਭ ਤੋਂ ਪਹਿਲਾਂ ਤਾਂ ਪਿੰਡਾਂ ਤੋਂ ਸ਼ੁਰੂ ਕਰ ਲਈਏ ਵੀ ਜਿਹੜੇ ਪਿੰਡਾਂ ਦੇ ਵਿੱਚ ਜਿਵੇਂ ਸਕੂਲ ਹੀ ਪੂਰੇ ਲੈਵਲ ਤੇ 8ਵੀਂ ਤੱਕ ਸਕੂਲ ਖਤਮ ਹੋ ਜਾਂਦੇ ਨੇ, ਬੱਚੀਆਂ ਨੂੰ ਦੂਜੇ ਪਿੰਡਾਂ 'ਚ ਜਾਣਾ ਪੈਂਦਾ, ਉਹ ਇਸੇ ਗੱਲੋਂ ਡਰਦੇ ਬੱਚੀਆਂ ਨੂੰ ਭੇਜਦੇ ਨੀ। ਸੋ ਪਹਿਲਾਂ ਤਾਂ ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ। ਸੋ ਦੂਜੀ ਗੱਲ ਜਿਹੜਾ ਸਾਨੂੰ ਲੱਗਦਾ ਕਿ ਬੱਚੀਆਂ ਦੂਰ ਨਹੀਂ ਜਾ ਸਕਦੀਆਂ ਜਾਂ ਬੱਚੀਆਂ ਕੋਲ ਪੈਸੇ ਦੀ ਕਮੀ ਹੈ, ਉਹਦੇ ਲਈ ਵੀ ਮਹਿਲਾਵਾਂ ਦੀ ਜਾਂ ਬੱਚੀਆਂ ਦੀ ਖਾਸ ਤੌਰ ਤੇ ਹੈਲਪ ਕੀਤੀ ਜਾਵੇਗੀ। ਉਹਦੇ ਲਈ ਮੈਂ
अपने तौर ते एक नवी स्ट्रैटेजी बनावांगे। ठीक है, नवी स्ट्रैटेजी बनाउण दी गल तुसीं कीती है, पर जदों असीं तुहाडे करियर दी गल करदे आ, तुसीं एज़ ए प्रोफेशन सब तों पहला की चॉइस तुसीं चूज़ कीता एज़ ए प्रोफेशन? जे तुसीं मैनूं इस तरह पुछ रहे हो कि बीइंग ए डॉक्टर मैं बच्चियां लई की चूज़ कीता, तां उहदे लई वी मैं इह कहना चाहांगी कि बच्चियां दी सेहत वी बहुत जरूरी है, तां ओदे विच आपां जिवें जे स्कूलां विच ही शुरू कर लईए ना कि बच्चियां दी सेहत ते ज्यादा ध्यान दिता जावे, क्योंकि एक महिला होण दे नाते उहनूं सेहतमंद होना भी जरूरी है, काम भी ज्यादा करना पैंदा। सो एक होर गल मैं सामने लैके आवांगी कि जिहड़ियां महिलावां ਆਪਾਂ ਨੂੰ ਇਹ ਲੱਗਦਾ ਕਿ ਮਹਿਲਾ ਨੂੰ ਜਿਵੇਂ ਪੰਜਾਬ ਦੇ ਵਿੱਚ ਖਾਸ ਕਰਕੇ ਇਹ ਰੁਝਾਨ ਸੀਗਾ ਕਿ ਬੇਟੀਆਂ ਦੀ ਭਰੂਣ ਹੱਤਿਆ ਕੀਤੀ ਜਾਂਦੀ ਸੀ, ਸੋ ਬੇਟਿਆਂ ਦੀ ਚਾਹਤ ਦੇ ਵਿੱਚ ਬਹੁਤ ਜ਼ਿਆਦਾ ਜਿਵੇਂ ਔਰਤਾਂ ਨੂੰ ਇਸ ਦੌਰ ਚੋਂ ਗੁਜ਼ਰਨਾ ਪੈਂਦਾ ਸੀ ਕਿ ਵਾਰ ਵਾਰ ਤੁਸੀਂ ਪ੍ਰੈਗਨੈਂਸੀ ਹੁੰਦੀ ਸੀ, ਅਬੋਰਸ਼ਨਸ ਹੁੰਦੀਆਂ ਸੀ, ਸੋ ਇੱਕ ਬਹੁਤ ਵੱਡੀ ਤਰਾਸਦੀ ਹੈ ਕਿ ਬੇਟੀਆਂ ਨੂੰ ਐਕਸੈਪਟ ਹੀ ਨਹੀਂ ਕੀਤਾ ਜਾਂਦਾ ਸੀ। ਸੋ ਮੈਂ ਸਭ ਤੋਂ ਪਹਿਲਾਂ ਤਾਂ ਉਹਦੇ ਤੇ ਜਿਹੜਾ ਸਖਤੀ ਨਾਲ ਰੋਕ ਲਾਉਣ ਦੀ ਜਿਹੜੀ ਕੋਸ਼ਿਸ਼ ਕਰੂੰਗੀ ਕਿ ਜਿਹੜੀ ਭਰੂਣ ਹੱਤਿਆ ਹਾਲੇ ਤੱਕ ਵੀ ਚੱਲੀ ਜਾ ਰਹੀ ਹੈ ਉਹ ਬਿਲਕੁਲ ਬੰਦ ਕੀਤੀ ਜਾਵੇਗੀ ਤੇ ਬੇਟੀਆਂ ਨੂੰ ਜਿਹੜਾ ਐਕਸੈਪਟ ਕੀਤਾ ਜਾਊਗਾ ਸੋਸਾਇਟੀ। ਤੁਹਾਨੂੰ ਲੱਗਦਾ ਵੀ ਸਖਤੀ ਦੇ ਨਾਲ ਅਸੀਂ ਇਹਨਾਂ ਨੂੰ ਰੋਕ ਸਕਦੇ ਹਾਂ, ਜਾਂ ਫਿਰ ਜਿਹੜੀ ਅਨਪੜ੍ਹਤਾ ਸਮਾਜ ਦੇ ਵਿੱਚ ਫੈਲੀ ਹੋਈ ਹੈ, ਲੋਕਾਂ ਨੂੰ ਇਸ ਚੀਜ਼ ਦੀ ਸਮਝ ਨਹੀਂ ਹੈਗੀ, ਅਸੀਂ ਸਖਤੀ ਦੇ ਨਾਲ ਤਾਂ ਰੋਕਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਉਹਨਾਂ ਨੂੰ ਸਮਝਾਉਣ ਦੇ ਲਈ ਕੋਈ ਨਾ ਕੋਈ ਪ੍ਰਬੰਧ ਹੋਣੇ ਚਾਹੀਦੇ, ਐਜੂਕੇਸ਼ਨ ਸਿਸਟਮ ਦੇ ਵਿੱਚ ਸ਼ੁਰੂ ਤੋਂ ਹੀ ਇਸ ਤਰ੍ਹਾਂ ਦੇ ਸੁਧਾਰ ਹੋਣੇ ਚਾਹੀਦੇ ਨੇ? ਬਿਲਕੁਲ ਜੀ, ਕੌਂਸਲਿੰਗ ਬਹੁਤ ਜ਼ਰੂਰੀ ਹੈ। ਜੇ ਕੌਂਸਲਿੰਗ ਕਿਸੇ ਵੀ ਤੁਸੀਂ ਵਰਗ ਤੇ ਲੈ ਲਓ, ਕੋਈ ਵੀ ਸਮੱਸਿਆ ਤੇ ਲੈ ਲਓ, ਜੇ ਆਪਾਂ ਕੌਂਸਲਿੰਗ ਥਰੂ ਚੱਲਾਂਗੇ ਤਾਂ ਸਖਤੀ ਨਾਲ ਪੇਸ਼ ਆਉਣ ਦੀ ਲੋੜ ਨਹੀਂ ਪੈਂਦੀ। ਸੋ ਵਧੀਆ ਗੱਲ ਤੁਸੀਂ ਕੀਤੀ ਹੈ, ਜਿਵੇਂ ਸਕੂਲਾਂ ਦੇ ਵਿੱਚ ਹੀ ਸ਼ੁਰੂ ਕਰ ਦਈਏ ਜਾਂ ਸਪੈਸ਼ਲ ਕੌਂਸਲਰਸ ਲਾ ਦਈਏ ਬੱਚਿਆਂ ਨੂੰ ਇਸ ਤਰ੍ਹਾਂ ਦੀ ਸਿੱਖਿਆ ਦੇਣ ਦੇ ਲਈ, ਤਾਂ ਉਹ ਵੀ ਬਹੁਤ ਪ੍ਰਭਾਵੀ ਹੋਵੇਗਾ। ਬਾਕੀ ਜਿਸ ਤਰ੍ਹਾਂ ਦਾ ਸਿਸਟਮ ਬਣਿਆ ਹੋਇਆ ਵੀ ਇਹ ਕਿਵੇਂ ਤਾਣਾ ਬਾਣਾ ਉਲਝਿਆ ਹੋਇਆ, ਕਿਉਂ ਇਹ ਹੁੰਦੀਆਂ ਨੇ ਭਰੂਣ ਹੱਤਿਆ, ਉਹਦੇ ਵਿੱਚ ਥੋੜੀ ਜਿਹੀ ਸਖਤਾਈ ਵੀ ਕਰਨੀ ਪੈਣੀ। ਅੱਛਾ, ਮਲੋੜ ਤੋਂ ਤੁਸੀਂ ਆਉਂਦੇ ਹੋ ਤੇ ਤੁਹਾਨੂੰ ਹੁਣ ਮੰਤਰਾਲਾ ਵੀ ਸੌਂਪ ਦਿੱਤਾ ਗਿਆ ਹੈ, ਤੁਹਾਡੇ ਅੱਗੇ ਚੁਣੌਤੀਆਂ ਕੀ ਨੇ? ਚੁਣੌਤੀਆਂ ਬਹੁਤ ਵੱਡੀਆਂ ਨੇ ਜੀ, ਕਿਉਂਕਿ ਸਿਸਟਮ ਜਿਹੜਾ ਉਹ ਧੁਰੰਦਰ ਤੱਕ ਉਲਝਿਆ ਹੋਇਆ। ਤੇ ਮਲੋਟ ਵਿੱਚ ਵੀ ਜੇ ਮੈਂ ਜਾਵਾਂਗੀ, ਆਪਦੇ ਹਲਕੇ ਚ ਜਾਵਾਂਗੀ, ਤਾਂ ਉੱਥੇ ਜਿੰਨਾ ਕੁ ਮੈਂ ਘੁੰਮ ਕੇ ਦੇਖਿਆ ਕਿ ਉੱਥੇ ਇਹੋ ਜਿਹੇ ਵੀ ਏਰੀਏ ਨੇ ਸ਼ਹਿਰ ਦੇ ਵਿੱਚ ਵੀ ਕਿ ਜਿੱਥੇ ਬੇਟੀਆਂ ਸਕੂਲ ਗਈਆਂ ਹੀ ਨਹੀਂ। ਮਤਲਬ ਮੈਂ ਜਾ ਕੇ ਉਹਨਾਂ ਨੂੰ ਕਹਿੰਦੀ ਹੁੰਦੀ ਸੀ ਕਿ ਆਹ ਪੜ੍ਹ ਕੇ ਦੇਖੋ ਵੀ ਤੁਸੀਂ ਆਹ ਤੁਹਾਡੇ ਲਈ ਅਸੀਂ ਲੈ ਕੇ ਆਵਾਂਗੇ, ਉਹ ਕਹਿੰਦੀਆਂ ਸਾਨੂੰ ਪੜ੍ਹਨਾ ਹੀ ਨਹੀਂ ਆਉਂਦਾ, ਯੰਗ ਬੱਚੀਆਂ। ਸੋ ਮੈਂ ਬਾਰ ਬਾਰ ਇਹੀ ਗੱਲ ਕਰਾਂਗੀ ਕਿ ਜੇ ਉਹਨਾਂ ਲਈ ਮਤਲਬ ਜਗ੍ਹਾ ਜਗ੍ਹਾ ਤੇ ਸਕੂਲ ਖੋਲ ਦਿੱਤੇ ਜਾਣ ਤੇ ਜਾਗਰਤੀ ਜ਼ਰੂਰ ਆਏਗੀ ਔਰ ਬਹੁਤ ਜਲਦੀ ਆਏਗੀ। 1,000 ਰੁਪਇਆ ਦੇਣਾ 18 ਸਾਲ ਤੋਂ ਵੱਧ ਉਮਰ ਦੀ ਮਹਿਲਾ ਨੂੰ? ਅੱਛਾ, ਜੇ ਮੈਂ ਪੁੱਛਾਂ ਤਾਂ ਪੈਸੇ ਕਿੱਥੋਂ ਆਉਣਗੇ, ਪਲੈਨਿੰਗ ਕੀ ਹੋਏਗੀ, ਕਿਉਂਕਿ ਆਪਣੇ ਕੋਲ ਸਰਕਾਰ ਦੇ ਕੋਲ ਹੁਣ ਤੱਕ ਦੀਆਂ ਸਰਕਾਰਾਂ ਕਹਿੰਦੀਆਂ ਖਜ਼ਾਨਾ ਖਾਲੀ ਹੈ, ਤੁਸੀਂ ਕਿਵੇਂ ਭਰੋਗੇ? ਖਜ਼ਾਨਾ ਤਾਂ ਮੈਂ ਕਹਾਂਗੀ ਕਿ ਸਰਕਾਰ ਜਦੋਂ ਇਮਾਨਦਾਰੀ ਨਾਲ ਚਲਾਈ ਜਾਵੇ, ਜਦੋਂ ਆਪਦੇ ਘਰ ਭਰਨ ਦੀ ਜਗ੍ਹਾ ਲੋਕਾਂ ਬਾਰੇ ਸੋਚਿਆ ਜਾਵੇ, ਤਾਂ ਉਦੋਂ ਪੈਸੇ ਆਪਣੇ ਆਪ ਹੀ ਆ ਜਾਂਦੇ ਨੇ। ਖਜ਼ਾਨੇ ਖਾਲੀ ਨਹੀਂ ਹੁੰਦੇ, ਖਜ਼ਾਨੇ ਖਾਲੀ ਕੀਤੇ ਦਿਖਾਏ ਜਾਂਦੇ ਨੇ। ਤੇ ਹੁਣ ਕੁਛ ਹੀ ਦਿਨਾਂ ਦੇ ਵਿੱਚ ਆਪਾਂ ਨੂੰ ਇਹ ਤਬਦੀਲੀ ਜਿਹੜੀ ਹੈ ਨਜ਼ਰ ਆਊਗੀ, ਬਹੁਤ ਪੈਸਾ ਆਊਗਾ, ਸਭ ਕੁਛ ਹੋਊਗਾ ਤੇ ਬਹੁਤ ਵਧੀਆ ਹੋਊਗਾ। ਮੈਡਮ, ਆਮ ਆਦਮੀ ਪਾਰਟੀ ਦੇ ਅੱਗੇ ਚੁਣੌਤੀਆਂ ਕੀ ਮੰਨਦੇ ਹੋ ਤੁਸੀਂ? ਤੁਹਾਡੇ ਅੱਗੇ ਤਾਂ ਮੈਂ ਜ਼ਿਕਰ ਕੀਤਾ, ਪਰ ਪੂਰੀ ਪਾਰਟੀ ਦੇ ਅੱਗੇ, ਕਿਉਂਕਿ ਵਿਰੋਧੀ ਵੀ ਡਟ ਕੇ ਤੁਹਾਡਾ ਵਿਰੋਧ ਵੀ ਕਰਨਗੇ, ਹੁਣੀ ਤੋਂ ਸ਼ੁਰੂ ਹੋ ਚੁੱਕਿਆ ਹੈ, ਤੁਹਾਡੇ ਅੱਗੇ ਚੁਣੌਤੀਆਂ ਕੀ ਨੇ ਪੂਰੀ ਪਾਰਟੀ ਦੇ ਅੱਗੇ? ਪਾਰਟੀ ਦੇ ਅੱਗੇ ਬਹੁਤ ਵੱਧ ਚੁਣੌਤੀਆਂ ਨੇ, ਕਿਉਂਕਿ ਜਿਹੜਾ ਇੰਨੇ ਸਾਲਾਂ ਤੋਂ ਸਿਸਟਮ ਉਲਝਿਆ ਹੋਇਆ ਸੀ, ਜਾਂ ਮੈਂ ਇਹ ਵੀ ਕਹਿ ਦੂੰਗੀ ਕਿ ਲੋਕਾਂ ਦੀ ਜੋ ਮੈਂਟੈਲਿਟੀ ਬਣਾਈ ਹੋਈ ਸੀ, ਲੋਕਾਂ ਨੂੰ ਜਿਹੜੇ ਕੰਮਾਂ ਵਿੱਚ ਉਲਝਾਇਆ ਹੋਇਆ ਸੀ, ਲੋਕ ਹਲੇ ਉਹੀ ਕੁਛ ਐਕਸਪੈਕਟ ਕਰਨਗੇ ਸਾਡੇ ਤੋਂ। ਲੋਕਾਂ ਨੂੰ ਇਹ ਇਸ ਤਰ੍ਹਾਂ ਲੱਗਦਾ ਹੁੰਦਾ ਕਿ ਜੇ ਕੋਈ ਮੰਤਰੀ ਸਾਡੇ ਘਰ ਆ ਗਿਆ ਜਾਂ ਚਾਹ ਪੀ ਗਿਆ, ਤਾਂ ਇਹ ਇੱਕ ਬਹੁਤ ਵੱਡੀ ਗੱਲ ਹੈ। ਮੈਂ ਆਪਣੇ ਵੱਲੋਂ ਵੀ ਲੋਕਾਂ ਨੂੰ ਬੇਨਤੀ ਕਰਨਾ ਚਾਹਾਂਗੀ ਕਿ ਇਹ ਬਹੁਤ ਵੱਡੀ ਗੱਲ ਨਹੀਂ, ਮੰਤਰੀ ਵੀ ਤੁਹਾਡੇ ਵਰਗੇ ਹੀ ਆਮ ਲੋਕ ਹੁੰਦੇ ਨੇ, ਉਹਨਾਂ ਨੂੰ ਇੰਨੀ ਤਰਜੀਹ ਦੇਣ ਦੀ ਲੋੜ ਨਹੀਂ, ਉਹਨਾਂ ਤੋਂ ਕੰਮ ਲਓ, ਸਾਡੇ ਤੋਂ ਵੀ ਕੰਮ ਲਓ। ਸੋ ਅਸੀਂ ਪ੍ਰੈਫਰ ਕਰਾਂਗੇ ਕਿ ਕੰਮ ਕਰੀਏ ਵੱਧ ਤੋਂ ਵੱਧ, ਤੇ ਬਾਕੀ ਜੋ ਹੁਣ ਤੱਕ ਪਹਿਲੀਆਂ ਸਰਕਾਰਾਂ ਨੇ ਜਾਂ ਪਹਿਲੇ ਲੀਡਰਾਂ ਨੇ ਆਪਦੇ ਆਪ ਨੂੰ ਇੰਨਾ ਜ਼ਿਆਦਾ VIP ਕਲਚਰ ਕ੍ਰੀਏਟ ਕਰਕੇ ਉਹਨਾਂ ਦੇ ਦਿਮਾਗ ਤੇ ਜਿਹੜੇ ਬੋਝ ਪਾਏ ਹੋਏ ਸੀ ਜਾਂ ਉਹਨਾਂ ਦੀ ਮੈਂਟੈਲਿਟੀ ਇਸ ਤਰ੍ਹਾਂ ਬਣਾਈ ਹੋਈ ਸੀ, ਉਹਨੂੰ ਚੇਂਜ ਕਰਨ ਤੇ ਵੀ ਥੋੜਾ ਟਾਈਮ ਲੱਗੇਗਾ। ਸੋ ਕਰਾਂਗੇ, ਅਸੀਂ ਡਟ ਕੇ ਕਰਾਂਗੇ।